ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੇਨਿਕ ਸੂਰਾ ਟਾਈਮਸ ਮੈਂ ਚੈਲੰਜ ਕਰਦਾ ਹਾਂ ਓਪਨ ਚੈਲੰਜ ਕਰਦਾ ਲਿਆਓ ਕਾਗੈ ਕੋ ਦੇਓ ਸਰਨਾ ਸਾਹਮਣੇ ਜੜੀ ਕੋਈ ਗੜਬੜ ਕੀਤੀ ਹੈ ਜੋ ਉਹਨਾਂ ਦੇ ਕਾਗਜ਼ ਇਹ ਚੰਦੂ ਅਜਰਾ ਸਾਹਿਬ ਹੁਣ ਸੁਖਵੀਰ ਬਾਦਲ ਹੁਣ ਸਾਰਿਆਂ ਨਾਲ ਤੁਸੀਂ ਗੱਲਬਾਤ ਕੀਤੀ ਕਿਹ ਉੱਥੇ ਸੁਣਵਾਈ ਹੁੰਦੀ ਹੈ ਮੈਂਬਰ ਦੀ ਜਿਹੜੇ ਮੈਂਬਰ ਕੋਈ ਬੋਲੇ ਉਸ ਗੱਲ ਦੀ ਜ਼ੀਰੋ ਬਿਗ ਜ਼ੀਰੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੀ ਕਮੇਟੀ ਦੀਆਂ ਚੋਣਾਂ ਬੜੀ ਛੇਤੀ ਹੋਣ ਆਉਣ ਵਾਲੀਆਂ ਨੇ ਉਸ ਤੋਂ ਪਹਿਲਾਂ ਹੀ ਰਾਜਨੀਤਿਕ ਬਦਲਾਅ ਵੀ ਸ਼ੁਰੂ ਹੋ ਗਏ ਨੇ ਗੁਰਮੀਤ ਸਿੰਘ ਸ਼ੰਟੀ ਉਹ ਸ਼ਖਸ ਨੇ ਜਿਨ੍ਹਾਂ ਨੇ ਮਨਜੀਤ ਸਿੰਘ ਜੀਕੇ ਦੇ ਖਿਲਾਫ ਜਿੰਨੇ ਵੀ ਭ੍ਰਸ਼ਟਾਚਾਰ ਜਾਂ ਗੁੱਲਕ ਚੋਰੀ ਦੇ આરોਪ ਲੱਗੇ ਨੇ ਉਹ ਕੱਢ ਕੇ ਕੋਰਟ ਦੇ ਵਿੱਚ ਲੈ ਕੇ ਗਏ ਉਸ ਤੋਂ ਬਾਅਦ ਇਹ ਅਕਾਲੀ ਦਲ ਬਾਦਲ 'ਚ ਸ਼ਾਮਿਲ ਹੋ ਗਏ ਪਰ ਉੱਥੋਂ ਵੀ ਇਹਨਾਂ ਨੇ ਕਿਹਾ ਕਿ ਮੈਨੂੰ ਲੱਗ ਰਿਹਾ ਹੈ ਕਿ ਭ੍ਰਸ਼ਟਾਚਾਰ ਮਨਜਿੰਦਰ ਸਿਰਸਾ ਅਮੀਤ ਕਲਕਾ ਦੇ ਲੱਗ ਰਿਹਾ ਉਹ ਵੀ આરોਪ ਇਹਨਾਂ ਨੇ ਲਾਇਆ ਤਾਂ ਉਹ ਬਾਦਲ ਦਲ ਛੱਡ ਕੇ ਹੁਣ ਪਰਮਜੀਤ ਸਿੰਘ ਸਰਨਾ ਦੇ ਨਾਲ ਜੁੜ ਗਏ ਨੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਗੱਲਬਾਤ ਕਰਾਂਗੇ ਛੰਟੀ ਸਾਹਿਬ ਪਹਿਲਾਂ ਬਾਦਲ ਦਲ ਹੁਣ ਸਰਨਾ ਕੀ ਗੱਲ ਹੈ ਪਹਿਲਾਂ ਬਾਦਲ ਦਲ ਫਿਰ ਸਰਨਾ ਨਹੀਂ ਪਹਿਲੇ ਸਰਨਾ ਫਿਰ ਬਾਦਲ ਦਲ 2007 ਦੀ 10 ਨੇ ਜਿਹੜੇ ਪਹਿਲੇ ਚੋਣ ਲੜਿਆ ਦਿੱਲੀ ਗੁਰਦਾਰਾ ਕਮੇਟੀ ਦਾ ਉਹ ਸਰਨਾ ਪਾਰਟੀ ਤੋਂ ਹੀ ਲੜਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਹੀ ਤੇ ਉਸ ਤੋਂ ਬਾਅਦ ਤੁਸੀਂ ਇਹ ਕਹੋ ਕਿ ਜਦੋਂ ਬਾਦਲ ਦਲ ਜੁਆਇਨ ਕੀਤਾ ਤੇ 2013 ਦੀ ਚੋਣ ਸੀ 2013 ਦੀ ਚੋਣ ਤੋਂ ਤਦ ਵੀ ਮੈਂ ਲਗਭਗ 6 ਮਹੀਨੇ ਬਾਅਦ ਹੀ ਇਸਤੀਫਾ ਦੇ ਕੇ 2013 ਦੇ ਵਿੱਚ ਹੀ ਮੈਂ ਦੱਸ ਰਿਹਾ ਮੈਂ ਬਾਹਰ ਹੋ ਗਿਆ ਸੀ ਕਿਉਂਕਿ ਮੈਨੂੰ ਅੰਦਰ ਦਾ ਕਾਰਜਕਾਲ ਸਮਝ ਨਹੀਂ ਆਇਆ ਸੀ ਲੇਕਿਨ ਸ਼ਾਇਦ ਮੈਂ ਐਨੀ ਮੈਨੂੰ ਸਮਝ ਯਾਨੀ ਬੋਰਡ ਨਹੀਂ ਹੋ ਪਾਇਆ ਸੀ ਕਿ ਆਪਣੀ ਗੱਲ ਨੂੰ ਕਿਸ ਤਰ੍ਹਾਂ ਸੰਗਤ ਦੇ ਸਾਹਮਣੇ ਲੋਕਾਂ ਸਾਹਮਣੇ ਰੱਖ ਸਕਾਂ 2013 ਚੋਣਾਂ ਮੈਂ ਮਾਰਚ 'ਚ ਜਿੱਤਨਾ ਵਾ ਜੂਨ ਜੁਲਾਈ ਦੇ ਵਿੱਚ ਮੈਂ ਅਸਤੀਫਾ ਦੇ ਕੇ ਬਾਹਰ ਹੋ ਜਾਨਾ 2017 ਤੱਕ ਮੈਂ ਬਾਹਰ ਹੀ ਰਹਿਣਾ ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜਦਾ ਕਿਸੇ ਵੀ ਪਾਰਟੀ ਨਾਲ ਐਸ ਗੱਲ ਨੂੰ ਸਮਝਣ ਦੀ ਲੋੜ ਹੈ 2017 ਤੱਕ ਮੈਂ ਬਿਲਕੁਲ ਬਾਹਰ ਰਹਿਣਾ ਔਰ 2017 ਦੇ ਵਿੱਚ ਵੀ ਮੈਂ ਇੰਡੀਪੈਂਡੈਂਟ ਚੋਣ ਲੜਦਾ ਕਿਸੇ ਪਾਰਟੀ ਨਾਲ ਨਹੀਂ ਲੜਦਾ 2019 ਦੇ ਵਿੱਚ ਜਿਸ ਤਰ੍ਹਾਂ ਦੇ ਜੋ ਹਾਲਾਤ ਬਣਦੇ ਨੇ ਜਿਹੜੇ ਗੋਲਕ ਚੋਰੀ ਦੇ ਕੇਸ ਆਉਂਦੇ ਉਸ ਨੂੰ ਲੈ ਕੇ ਮੈਂ ਕੋਰਟ ਵਿੱਚ ਜਾਣਾ ਉਹ ਸਾਰੀ ਸੰਗਤ ਦੇ ਸਾਹਮਣੇ ਵੀ ਇਹ ਮੀਡੀਆ ਸਾਹਮਣੇ ਵੀ ਕਿਸ ਤਰ੍ਹਾਂ ਦੀ ਲੜਾਈ ਕੋਰਟ 'ਚ ਲੜੀ ਗਈ ਔਰ ਕੋਰਟ ਨੇ ਉਹਦੇ ਮੁਤਲਕ ਕੀ ਕੀ ਫੈਸਲੇ ਦਿੱਤੇ 2020 ਦੇ ਵਿੱਚ ਪਾਰਟੀ 19 ਲਾਸ਼ ਦੇ ਵਿੱਚ ਕਹ ਲਓ ਜਾਂ 20 ਸ਼ੁਰੂਆਤ ਦੇ ਵਿੱਚ ਕਹ ਲਓ ਅਕਾਲੀ ਦਲ ਬਾਦਲ ਇਸ ਕਰਕੇ ਜੁਆਇਨ ਕਰਨਾ ਕਿ ਸ਼ਾਇਦ ਇਸ ਭ੍ਰਸ਼ਟਾਚਾਰ ਨੂੰ ਰੋਕਣ ਦੇ ਵਿੱਚ ਕਿਉਂਕਿ ਪਾਰਟੀ ਵੱਲੋਂ ਹਮੇਈ ਹੀ ਪਰੀ ਗਈ ਸੀ ਕਿਉਂਕਿ ਪਾਰਟੀ ਦਾ ਡਿਸੀਜਨ ਵੀ ਆਵਾਜ ਹੋਇਆ ਕਿ ਉਹਨਾਂ ਨੇ ਪਾਰਟੀ ਤੋਂ ਕਿਸੇ ਨੂੰ ਜਿਵੇਂ ਪ੍ਰਧਾਨ ਪੁਰਾਣੇ ਪ੍ਰਧਾਨ ਨੂੰ ਕੱਢਿਆ ਉਹਨਾਂ ਦੇ ਆਂਤਰੀਕ ਮਾਮਲੇ ਸੀ ਮੈਂ ਉਸ ਵਿੱਚ ਨਹੀਂ ਜਾਣਾ ਤੇ ਉਹਨਾਂ ਨੇ ਇਹ ਹੀ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਆਰਓਸ ਭ੍ਰਸ਼ਟਾਚਾਰ ਦੀ ਲੜਾਈ ਦੇ ਵਿੱਚ ਤੇਰਾ ਸਾਥ ਦੇਾਂਗੇ ਦਾਸ ਨੇ ਸ਼ਰਮਣੀ ਕਾਲੀ ਦਲ ਬਾਦਲ ਜੁਆਇਨ ਕਰ ਲਿਆ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਜਦੋਂ ਆਦਮੀ ਕਿਸੇ ਪਾਰਟੀ ਵਿੱਚ ਜੁਆਇਨ ਕਰਦਾ ਪਹਿਲੇ ਵਾਲੀ ਗੱਲ ਦੁਬਾਰਾ ਆ ਜਾਂਦਾ ਕਿ ਉਸ ਪਾਰਟੀ ਦੇ ਆਪਣੇ ਦਾਇਰੇ ਇੱਕ ਆਦਮੀ ਦਾ ਉਹ ਮਤਲਬ ਸੀਮਿਤ ਦਾਇਰਾ ਹੋ ਜਾਂਦਾ ਉਸ ਤੋਂ ਬਾਹਰ ਜਾ ਕੇ ਪ੍ਰੋਟੋਕਾਲ ਤੋਂ ਬਾਹਰ ਜਾ ਕੇ ਉਹ ਨਾ ਬ ਲੇਕਿਨ ਮੇਰੀ ਉਹ ਵਜੀ ਸ਼ਖਸੀਅਤ ਨਹੀਂ ਹੈ ਮੇਰਾ ਪਹਿਲੀ ਜ਼ਿੰਮੇਵਾਰੀ ਗੁਰੂ ਪ੍ਰਤੀ ਔਰ ਗੁਰੂ ਦੀ ਸੰਗਤ ਪ੍ਰਤੀ ਹੈ ਜਿਨੇ ਮੈਨੂੰ ਚੁਣ ਕੇ ਭੇਜਿਆ ਮੈਂ ਜਦੋਂ ਇਸ ਪਾਰਟੀ ਦੇ ਵਿੱਚ ਵੀ ਅੰਦਰ ਰਹਿ ਕੇ ਉਹੀ ਸਭ ਕੁਝ ਦੇਖਿਆ ਗੋਲਕ ਦੀ ਦੁਰਵਰਤੋਂ ਵੀ ਦੇਖੀ ਗੋਲਕ ਚੋਰੀ ਦੇ ਦੂਸਰੇ ਕੇਸ ਵੀ ਦੇਖੇ ਔਰ ਆਪਣੇ ਅਗਰ ਆਪਣਾ ਬੰਦਾ ਕੋਈ ਗੋਲਕ ਚੋਰੀ ਦੇ ਵਿੱਚ ਆਵੇ ਜੇ ਕੇਸ ਦੇ ਵਿੱਚ ਇਨਵੋਲ ਹੋ ਰਿਹਾ ਹੈ ਚਾ ਆਪਣਾ ਪੀਏ ਵਾ ਜਾਂ ਕੋਈ ਇਥੇ ਤੋਂ ਅੱਖਾਂ ਮੰਦ ਵਰ ਲੈਣੀ ਹੈ ਕਬੂਤਰ ਦੀ ਤਰ੍ਹਾਂ ਮੈਂ ਉਹ ਵੀ ਸਭ ਕੁਝ ਦੇਖਿਆ ਉਸ ਨੂੰ ਲੈ ਕੇ ਮੈਂ ਪੰਜ ਚਿੱਠੀਆਂ ਅਲੱਗ-ਅਲੱਗ ਲਿਖੀਆਂ ਫੋਕੀ ਸ਼ੋਰਤਬਾਜੀ ਨੂੰ ਲੈ ਕੇ ਗੁਰੂ ਘਰ ਦੀ ਗੋਲਕ ਦੀ ਦਰਬਾਰਤੋਂ ਨੂੰ ਲੈ ਕੇ ਗੁਰੂ ਘਰ ਦੀ ਗੋਲਕ ਦੀ ਚੋਰੀ ਅਗਰ ਆਪਣੇ ਬੰਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਲੈ ਕੇ ਜਦੋਂ ਮੈਂ ਇਹ ਸਾਰਾ ਕੁਝ ਦੇਖਿਆ ਤੇ ਮੇਰੀ ਮੈਂ ਪੰਜ ਚਿੱਠੀਆਂ ਨੂੰ ਲਿਖੀਆਂ 15 10 15 15 ਦਿਨ ਦਾ ਗੈਪ ਆ ਗਿਆ ਜਦੋਂ ਮੇਰੀ ਕਿਸੇ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਮੈਨੂੰ ਮਜਬੂਰ ਹੋ ਕੇ ਫਿਰ ਐ ਉਸ ਉਸ ਪਾਰਟੀ ਤੋਂ ਮੈਂ ਸ਼੍ਰੋਮਣੀ ਗਾਲੇਦਲ ਬਾਦਲ ਤੋਂ ਅਸਤੀਫਾ ਦਿੱਤਾ ਸਰਨਾਥਾੜਾ ਕਿਉਂ ਜੁਆਇਨ ਕੀਤਾ ਕਿਉਂਕਿ ਮੇਰੇ ਅਸਤੀਫੇ ਦੇਣ ਤੋਂ ਅਗਲੇ ਦਿਨ ਤੁਸੀਂ ਵੀ ਮੇਰੇ ਕੋਲ ਉਸ ਦਿਨ ਸਵਾਲ ਪੁੱਛਿਆ ਸੀ ਜਿਸ ਨੇ ਉਹ ਅਸਤੀਫਾ ਦਿੱਤਾ ਕਿ ਤੁਹਾਡਾ ਅਗਲਾ ਕਦਮ ਕੀ ਹੋਏਗਾ ਤੇ ਮੈਂ ਤੁਹਾਨੂੰ ਇਹ ਗੱਲ ਕਿਹਾ ਸੀ ਮੀਡੀਆ ਦੇ ਰਾਹੀਂ ਤੁਹਾਡੇ ਸਾਰਿਆਂ ਨੂੰ ਆਪਣੇ ਜਿੰਨੇ ਵੀ ਉਸ ਦਿਨ ਹਾਜ਼ਰ ਸੀ ਉਸ ਮੀਟਿੰਗ ਦੇ ਵਿੱਚ ਮੈਂ ਸਾਰਿਆਂ ਨੂੰ ਇਹ ਕਿਹਾ ਸੀ ਕਿ ਜੋ ਗੋਲਗ ਦੀ ਦੁਰਵਰਤੋਂ ਨੂੰ ਰੋਕਣ ਲਈ ਗੁਰੂ ਘਰ ਦੀ ਚੜ੍ਹਦੀ ਕਲਾ ਲਈ ਵਿਦਿਆ ਗਧਾਰੇ ਦੀ ਚੜ੍ਹਦੀ ਕਲਾ ਲਈ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਦਿੱਲੀ ਗੁਰਦਾਰਾ ਕਮੇਟੀ ਦੇ ਸਟਾਫ ਦੀ ਚੜ੍ਹਦੀ ਕਲਾ ਲਈ ਸਕੂਲਾਂ ਕਾਲਜਾਂ ਦੇ ਸਟਾਫ ਦੀ ਚੜ੍ਹਦੀ ਕਲਾ ਲਈ ਸਾਥ ਦੇਗਾ ਇਸ ਲੜਾਈ ਨੂੰ ਲੜੇਗਾ ਮੈਂ ਉਹ ਹਰ ਉਸ ਆਦਮੀ ਉਹ ਹਰ ਉਸ ਪਾਰਟੀ ਦੇ ਨਾਲ ਆ ਮੇਰੀ ਵੀਡੀਓ ਚੁੱਕ ਕੇ ਦੇਖ ਲਓ ਅਗਲੇ ਦਿ ਦੇ ਇਸ ਕਦਮ ਦਾ ਭਰਪੂਰ ਸਵਾਗਤ ਵੀ ਕਰਦੇ ਆਂ ਉਹ ਨਾਲ ਮਤਲਬ ਇਸ ਗੱਲ ਦੀ ਸ਼ੋਰੈਂਸ ਵੀ ਦਿੰਦੇ ਆ ਕਿ ਉਸ ਲੜਾਈ ਨੂੰ ਲੜਨ ਦੇ ਵਿੱਚ ਅਸੀਂ ਔਰ ਸਾਡੀ ਪਾਰਟੀ ਪੂਰਾ ਸਹਿਯੋਗ ਦੇਗੀ ਉਸ ਤੋਂ ਬਾਅਦ ਇਹ ਹਾਲਾਤ ਬਣੇ ਜੋ ਗੱਲਾਂ ਬਾਤਾਂ ਹੋਈਆਂ ਜਿਸ ਤਰ੍ਹਾਂ ਦੀ ਮਤਲਬ ਮਤਲਬ ਇਸ ਲੜਾਈ ਨੂੰ ਕਿਸ ਤਰ੍ਹਾਂ ਔਰ ਕਿਵੇਂ ਲੜਿਆ ਜਾ ਸਕਦਾ ਹੈ ਉਸ ਮੁਤਲਕ ਜਦੋਂ ਸਾਰੀਆਂ ਗੱਲਾਂ ਹੋਈਆਂ ਤਦ ਮੈਂ ਕੱਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਜੁਆਇਨ ਕੀਤਾ ਇਹ ਗੱਲ ਇਹ ਦੇ ਵਿੱਚ ਬਾਰ-ਬਾਰ ਤੁਹਾਡੇ ਵਿਰੋਧ ਦੇ ਵੀ ਹੋਰ ਵੀ ਕਈ ਕਹ ਰਹੇ ਨੇ ਕਿ ਤੁਹਾਨੂੰ ਅਕਾਲੀ ਦਲ ਦੇ ਵਿੱਚ ਚੋਣ ਲੜਾਣੀ ਸੀਗੀ ਦਿੱਲੀ ਵਿਧਾਨ ਸਭਾ ਦੀ ਉਹ ਨਹੀਂ ਲੜਾਈ ਇਸ ਕਰਕੇ ਤੁਸੀਂ ਉਤਰੀ ਜਾਂ ਦਿੱਤਾ ਉਸ ਤੋਂ ਪਹਿਲਾਂ ਤੁਹਾਨੂੰ ਮਹਾਸੱਚੀ ਬਣਾਣੀ ਉਹ ਵੀ ਨਹੀਂ ਬਣਾਇਆ ਇਸ ਕਰਕੇ ਡਿਜ਼ਾਈਨ ਦਿੱਤਾ ਤੇ ਹੁਣ ਪਦ ਦੀ ਲਾਲਸਾ ਸੀ ਇਸ ਕਰਕੇ ਤੁਸੀਂ ਸਰਨਾਗੁਰ ਤੇ ਚਲੇਗਾ ਗੱਲ ਪਤਾ ਕੀ ਹੈ ਕਿ ਤੁਸੀਂ ਇਹ ਕਹ ਲਓ ਕਿ ਪਦ ਦੀ ਲਾਲਸਾ ਜਦੋਂ ਮੈਂ ਹੁਣ ਇਹ ਪਾਰਟੀ ਜੁਆਇਨ ਕੀਤੀ ਹੈ ਤੇ ਉਸ ਟਾਈਮ ਮੈਨੂੰ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਦਿੱਲੀ ਦੇ ਵਿੱਚ ਸ਼ਾਇਦ ਮਾਹੌਲ ਇਲੈਕਸ਼ਨ ਦਾ ਹੋਏਗਾ ਵਿਧਾਨ ਸਭਾ ਦੇ ਇਲੈਕਸ਼ਨਾਂ ਦਾ ਤੇ ਹਰ ਪਾਰਟੀ ਆਪਣੇ ਆਪਣੇ ਏਜੰਡੇ ਦੇ ਸਾਹਮਣੇ ਆਪਣਾ ਆਪਣਾ ਕੰਮ ਕਰ ਰਹੀ ਹੁੰਦੇ ਮੈਨੂੰ ਵੀ ਸੁਖਬੀਰ ਬਾਦਲ ਦੇ ਸਾਹਮਣੇ ਆਮਨੇ ਸਾਹਮਣੇ ਬੈਠ ਕੇ ਗੱਲ ਹੋਈ ਸੀ ਜਿਹਦੇ ਚੰਦੂ ਮਾਜਰਾ ਵੀ ਬੈਠੇ ਸੀ ਭੁੰਦੜ ਜੀ ਵੀ ਬੈਠੇ ਸੀ ਇਸ ਤਰੀਕੇ ਨਾਲ ਆਪਣੇ ਮੈਂਬਰਸ ਆ ਇੰਟਰਵਿਊ ਜਿਵੇਂ ਲੈਂਦੇ ਨੇ ਹਰ ਪਾਰਟੀ ਕਰਦੀ ਹੈ ਮਨਜੀਦਰ ਸਿੰਘ ਸਿਰਸਾ ਵੀ ਬੈਠਾ ਸੀ ਮੈਨੂੰ ਪੁੱਛਿਆ ਗਿਆ ਕਿ ਅਸੀਂ ਇਸ ਵਾਰੀ ਚਾਹ ਰਹੇ ਹਾਂ ਕਿ ਅਸੀਂ ਆਪਣੇ ਅਕਾਲੀ ਦਲ ਦੇ ਸਿੰਬਲ ਦੇ ਉੱਤੇ ਚੋਣ ਲੜੀਏ ਕੀ ਤੁਸੀਂ ਲੜਨਾ ਚਾਹੋਗੇ ਮੈਂ ਬਿਲਕੁਲ ਮਨਾ ਕਰਤਾ ਸੀ ਕਿ ਮੈਂ ਇਸ ਚੋਣ ਨੂੰ ਇਸ ਸਿੰਬਲ ਦੇ ਉੱਤੇ ਬਿਲਕੁਲ ਵੀ ਨਹੀਂ ਲੜ ਸਕਦਾ ਕਿਉਂਕਿ ਮੈਂ ਹਲੇ ਵਿਧਾਨ ਸਭਾ ਦੇ ਚੋਣ ਦੇ ਵਿੱਚ ਇੱਕ ਨਵੀਂ ਅਸੀਂ ਆਪਣੇ ਸਿੰਬਲ ਦੇ ਉੱਤੇ ਚੋਣ ਲੜਨਾ ਕਿਉਂਕਿ ਮੈਨੂੰ ਪਤਾ ਸੀ ਕਿ ਅੰਦਰੂਨੀ ਔਰ ਜ਼ਮੀਨੀ ਹਾਲਾਤ ਕੀ ਨੇ ਤੇ ਮੈਂ ਬਿਲਕੁਲ ਉਹ ਸ਼ਖਸਾਂ ਜਿਨ੍ਹਾਂ ਸਾਫ਼ ਇਸ ਗੱਲ ਦੇ ਉੱਤੇ ਮਨਾ ਕਰਤਾ ਸੀ ਪਹਿਲੀ ਗੱਲ ਐ ਦੂਜੀ ਗੱਲ ਅਗਰ ਮੈਂ ਪਾਰਟੀ ਛੱਡਣੀ ਸੀ ਜਾਂ ਤੁਸੀਂ ਪਾਰਟੀ ਨੂੰ ਇਸ ਗੱਲ ਦਾ ਛੱਡਣ ਦਾ ਕਾਰਨ ਬਣਦੇ ਹੋ ਤੇ ਫਿਰ ਤੇ ਇਹਨਾਂ ਦੀ ਨਾਲ ਸਮਝੀਏ ਜਿਹੜੀ ਮੈਂ ਪੰਜ ਚਿੱਠੀਆਂ ਲਿਖੀਆਂ ਉਹਦਾ ਜਵਾਬ ਦੇ ਦਿੰਦੇ ਤੇ ਮੈਨੂੰ ਮੌਕਾ ਨਾ ਦੇਂਦੇ ਪਾਰਟੀ ਨੂੰ ਛੱਡਣ ਦਾ ਜਾਂ ਫਿਰ ਇਹਦਾ ਮਤਲਬ ਐ ਕਿ ਜਿਹੜੇ ਮੈਂ ਇਲਜ਼ਾਮ ਲਗਾਇਆ ਰਿਹਾ ਪੰਜੋ ਚੁੱਟੀਆਂ ਦੇ ਵਿੱਚ ਉਹ ਬੜੇ ਗੰਭੀਰ ਨੇ ਉਰਨਾ ਦਾ ਕੋਈ ਜਵਾਬ ਨਹੀਂ ਹੈ ਕਿਉਂਕਿ ਮੈਂ ਉਹਦੇ ਵਿੱਚ ਲਿਖ ਰਿਹਾ ਸੀ ਕਿ ਮੇਰੇ ਕੋਲ ਸਾਰੇ ਫੈਕਟਸ ਨੇ ਅਗਰ 13 ਲੱਖ 65000 ਰੁਪਏ ਤੁਸੀਂ ਰਾਈਟ ਆਫ ਕੀਤਾ ਹੈ ਦੋ ਚਾਰ ਫੈਕਟ ਦੱਸ ਦੇ ਦਰਸ਼ਕਾਂ ਨੂੰ ਕੀ ਤੁਹਾਨੂੰ ਕਾਲੀ ਦਾ ਉਹਦੇ ਵਿੱਚ ਪਹਿਲਾ ਫੈਕਟ ਤੇ ਸਭ ਤੋਂ ਹੈਗਾ ਸੀ ਕਿ ਗੁਰੂ ਦੀ ਗੋਲਗ ਦੀ ਦਰਬਾਰਤੋਂ ਕਿੱਦਾਂ ਹੋ ਰਹੀ ਸੀ ਕਿ ਜਿਵੇਂ ਲੰਗਰ ਹਨ ਵੀਲ ਚਲਾਏ ਜਾ ਰਹੇ ਸੀ ਲੰਗਰ ਹਨ ਵੀਲ ਚਲਾਉਣ ਦੇ ਵਿੱਚ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ 200 ਰੁਪਏ ਦੀ ਰਾਸ਼ਨ ਦੀ ਪਰਚੀ ਤੇ ਬੰਦ ਕਰਤੀ ਹੈ ਜਿਹੜੀ ਅਸੀਂ ਸਿੱਖ ਜੜਾ ਵੀ ਮਤਲਬ ਜ਼ਰੂਰਤਮੰਦ ਸਾਡੇ ਕੋਲ ਆਂਦਾ ਹੈ 60 ਰੁਪਏ ਕਿਰਾਇਆ ਖਰਚੇ ਦਾ ਦਿੱਲੀ ਦੇ ਕਿਸੇ ਕੋਨੇ ਤੋਂ ਆਣ ਕਿ ਤੁਸੀਂ ਉਹਨੂੰ ਨਾ ਦੇ ਕੇ ਲੰਗਰਾਂ ਨੂੰ ਵੀਲ ਚਲਾ ਰਹੇ ਹੋ ਤੁਹਾਡੀ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਉਹਨਾਂ ਲੰਗਰਾਂ ਨੂੰ ਖੜੇ ਹੋ ਕੇ ਵੰਡ ਰਹੇ ਨੇ ਫਿਰ ਤੁਸੀਂ ਆਟਾ ਵੈਸੇ ਤੇ ਉਸ ਗਰੀਬ ਨੂੰ ਤਾਂ ਦੇ ਨਹੀਂ ਰਹੇ 200 ਰੁਪਏ ਦੀ ਰਾਸ਼ਨ ਦੀ ਪਰਚੀ ਲੇਕਿਨ ਤੁਹਾਡਾ ਆਟਾ ਵਿਕਣ ਜਾ ਰਿਹਾ ਵੀਡੀਓ ਵਾਇਰਲ ਹੋ ਰਹੀਆਂ ਨੇ ਤੁਸੀਂ ਕੁਝ ਕਹਿ ਰਹੇ ਹੋ ਉਹ ਖਰੀਦਣ ਵਾਲਾ ਕੁਝ ਕਹਿੰਦਾ ਉਹ ਕਹਿੰਦਾ ਜੀ ਮੈਂ ਜਿਹੜਾ ਖਰੀਦਿਆ ਉਹਦੇ ਤੇ ਪਿਛਲੇ ਮਹੀਨੇ ਦੀ ਮੋਰ ਹੈਗੀ ਮੈਨੂਫੈਕਚਰਿੰਗ ਦੀ ਤੁਸੀਂ ਕਹਿੰਦੇ ਹੋ ਆਟਾ ਖਰਾਬ ਹੋ ਰਿਹਾ ਸੀ ਤੁਸੀਂ ਕਹਿੰਦੇ ਹੋ 14 ਰੁਪਏ ਕਿਲੋ ਵੇਚਿਆ ਉਹ ਕਹਿੰਦਾ ਮੈਂ 18 ਰੁਪਏ ਔਰ 2 ਕਰੋੜ ਰੁਪਏ ਦੇਣ ਆਇਆ ਆਪਣੇ ਦਸਵੰਦ ਵਿੱਚੋਂ ਗੁਰਦਾਰਾ ਬੰਗਲਾ ਸਾਹਿਬ ਦੇ ਲੰਗਰ ਹਾਲ ਦੀ ਰੈਨੋਵੇਸ਼ਨ ਵਾਸਤੇ ਉਹ ਪੈਸਾ ਤੁਸੀਂ ਐਨਡੀਟੀਵੀ ਵੱਲ ਟੋਰ ਦਿੱਤਾ ਇੱਕ ਵਪਾਰਿਕ ਸੋਚ ਦੇ ਨਾਲ ਕਿ ਜੀ ਤੁਸੀਂ ਇਹ ਪੈਸਾ ਉੱਥੋਂ ਦੇ ਦਿਓ ਉੱਥੋਂ ਦੀ ਅਸੀਂ ਡੋਨੇਸ਼ਨ ਦੀ ਡਿਮਾਂਡ ਕਰਾਂਗੇ ਸਾਡੇ ਕੋਲ ਵਾਧੂ ਪੈਸੇ ਆ ਜਾਣਗੇ ਅਸੀਂ ਉਹਦੇ ਨਾਲ ਤੁਹਾਡਾ ਕਰਾ ਦੇਾਂਗੇ ਉਹ ਵਪਾਰਿਕ ਸੋਚ ਹੋ ਗਈ ਫੋਕੀ ਸ਼ੋਰਤ ਸੋਚ ਹੋ ਗਈ ਮੈਂ ਵੀ ਲਿਖਿਆ ਔਰ ਕਈ ਮੈਂਬਰਸ ਨੇ ਲਿਖਿਆ ਪਿੱਛੇ ਹਰਮਨਜੀਤ ਸਿੰਘ ਨੇ ਅਸਤੀਫਾ ਦਿੱਤਾ ਸੀ ਇਹਨਾਂ ਦਾ ਸੀਨੀਅਰ ਮੈਂਬਰ ਨੇ ਉਹਨਾਂ ਨੇ ਵੀ ਅਵਾਜ ਇਲਜ਼ਾਮ ਇਸ ਤਰ੍ਹਾਂ ਦੇ ਲਗਾਏ ਸੀ ਕਿ ਫੋਕੀ ਸ਼ੋਰਤ ਹੋ ਰਹੀ ਹੈ ਬੇਕਾਰ ਦੇ ਕ ਤੋ ਹੋ ਸਕਦਾ ਮੈਂ ਉਹਨਾਂ ਦਾ ਵੀ ਵਿੱਚ ਚਿੱਠੀ ਚਵਾਲਾ ਦਿੱਤਾ ਕਿ ਉਹਨਾਂ ਨੇ ਵੀ ਤੁਹਾਨੂੰ ਤਾਕੀਦ ਕੀਤੀ ਹੈ ਮੈਂ ਵੀ ਕਹਿ ਰਿਹਾ ਉਸ ਤੋਂ ਬਾਅਦ 1360000 ਦਾ ਮਸਲਾ ਮਨਪ੍ਰੀਤ ਸਿੰਘ ਮੰਨੂ ਜੋ ਹਰਮਿੰਦਰ ਸਿੰਘ ਕਲਗੇ ਦਾ ਅਜ ਵੀ ਪੀ ਹੈ ਪਾਰਟੀ ਦਾ ਪ੍ਰਧਾਨ ਵੀ ਹੈ ਜਨਰਲ ਸੈਕਟਰੀ ਵੀ ਹੈ 1360000 ਉਹਦੇ ਨਾਲ ਦੇ نیچے ਲੋਨ ਖੜਾ ਹੈ ਉਹ ਪੈਸਾ ਜਿੱਥੇ ਖਰਚ ਹੋਇਆ ਮੇਰੇ ਕੋਲ ਪ੍ਰੂਫ ਨੇ ਉਹ ਪੈਸੇ ਨੂੰ ਰਾਈਟ ਆਫ ਕਰਤਾ ਜਾਂਦਾ ਜਦ ਕਿ ਤੁਹਾਡੀ ਹੀ ਪਾਰਟੀ ਦਾ ਮੈਂਬਰ ਤਿੰਨ ਮਸਲਿਆਂ ਨੂੰ ਲੈ ਕੇ 50 ਲੱਖ ਨੂੰ 30 ਲੱਖ ਨੂੰ ਜੋ ਪਰਮਜੀਵਨ ਜੋਸ਼ ਸਿੰਘ ਨੇ ਥਲੋਂ ਦੀ ਲਿਆ ਸੀ ਤੁਸੀਂ ਕਹਿੰਦੇ ਹੋ ਕਿ ਉਹ ਕੇਸ ਤੁਸੀਂ ਕੋੜ ਹੀ ਪਾਇਆ ਉਹਦੇ ਵਿੱਚ 13 ਲੱਖ 65 ਹਜ਼ਾਰ ਦਾ ਮਸਲਾ ਵੀ ਹੈ ਕੋੜ ਹੀ ਕੇਸ ਚੱਲ ਰਿਹਾ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਉਸ ਕੇਸ ਨੂੰ ਲੜ ਰਿਹਾ ਤੁਸੀਂ ਉਸ ਪੈਸੇ ਨੂੰ ਰਾਈਟ ਆਫ ਕਰ ਦਿੰਦੇ ਹੋ ਮਤਲਬ ਤੁਹਾਡੀ ਸੋਚ ਕੀ ਹੈ ਇੱਕ ਪੈਸਾ ਤੁਸੀਂ ਕਹਿੰਦੇ ਹੋ ਕਿ ਅਸੀਂ ਪੈਸਾ ਵਸੂਲ ਕਰਨਾ ਹੈ ਦੂਜੇ ਪੈਸੇ ਤੁਸੀਂ ਉਸ ਪੈਸੇ ਤੇ ਲਕੀਰ ਮਾਰ ਦਿੰਦੇ ਹੋ ਮੈਂ ਚਿੱਠੀ ਲਿਖ ਰਿਹਾ ਮੈਂ ਕਹਿੰਦਾ ਕਿ ਨਵੀਂ ਪਿਰਤ ਪੈ ਜਾਏਗੀ ਕੋਈ ਵੀ ਪ੍ਰਧਾਨ ਸੈਕਟਰੀ ਥਲੋਂ ਦੀ ਪੈਸੇ ਮੰਗਾਏਗਾ 2 ਮਹੀਨੇ ਬਾਅਦ ਉਹ ਤੁਹਾਡੀ ਗੱਲ ਪਹਿਲਾਂ ਤੁਸੀਂ ਜੀਕੇ ਦੇ ਖਿਲਾਫ ਭ੍ਰਸ਼ਟਾਚਾਰ ਦੇ આરોਪ ਲੱਗੇ ਉਹ ਮਾਮਲਾ ਕੋਰਟ ਚ ਲੈ ਕੇ ਗਿਆ ਹੁਣ ਸਿਰਸੇ ਤੇ ਕਲਕੇ ਦੇ ਖਿਲਾਫ ਤੁਸੀਂ ਕਹਿ ਰਹੇ ਹੋ ਕਿ ਮੈਂ ਮਾਮਲੇ ਹੁਣ ਅੱਗੇ ਚੱਕਾਂਗਾ ਪੂਰਾ ਗੱਲ ਕਰ ਲਈ ਜਿਹੜੀ ਪਾਰਟੀ ਤੁਸੀਂ ਜੁਆਇਨ ਕੀਤੀ ਹੈ ਸਰਨਾ ਸਾਹਿਬ ਦੀ ਉਹਨਾਂ ਤੇ ਵੀ ਕਿਤਾਬਾਂ ਦੀ ਛਪਾਈ ਤੋਂ ਲੈ ਕੇ ਜਿਹੜੇ ਕੱਪੜਿਆਂ ਨੂੰ ਲੈ ਕੇ ਇਹਨਾਂ ਨੇ ਕਿਹਾ ਸੀ ਕਿ આરોਪ ਉਹ ਸਾਰੇ ਲੱਗੇ ਨੇ ਭ੍ਰਸ਼ਟਾਚਾਰ ਦੇ ਕੀ ਉਹਨਾਂ ਦੇ ਖਿਲਾਫ ਵੀ ਲੜਾਈ ਲੜੋਗੇ ਫਿਰ ਤੁਸੀਂ ਇਹ ਦੱਸੋ ਕਿਹੜਾ ਜਿਹੜੇ 7 ਸਾਲਾਂ ਚ ਇਹਨਾਂ ਨੇ ਜਿੰਨੇ ਇਲਜ਼ਾਮ ਲਗਾਏ ਨੇ ਇੱਕ ਵੀ ਕਾਗਜ਼ ਜਿਸ ਤਰ੍ਹਾਂ ਮੈਂ ਪ੍ਰੂਫ ਕੀਤੇ ਨੇ ਹਰ ਕਾਗੈ কোর্ਟ ਦੇ ਵਿੱਚ ਲੈ ਕੇ ਗਿਆ কোর্ਟ ਤੇ ਕਿਸੇ ਮਤਲਬ ਬੇਸਲਸ ਚੀਜ਼ਾਂ ਦੇ ਉਤੇ ਕੋਈ ਕੇਸ ਨਹੀਂ ਚਲਦੇ ਨਾ ਜਦ ਤੱਕ ਬੇਸ ਨਹੀਂ ਹੋਏਗਾ ਜਦ ਤੱਕ ਕੇਸ ਹੀ ਦਮ ਨਹੀਂ ਹੋਗਾ ਕਾਗਿਆਂ ਵਿੱਚ ਦਮ ਨਹੀਂ ਹੋਏਗਾ ਕੋਈ ਕੋਈ ਇਸ ਤਰ੍ਹਾਂ ਦਾ ਫੈਸਲਾ ਨਹੀਂ ਕਰਦੀ ਤੁਹਾਨੂੰ ਧਿਆਨ ਹੋਵੇ ਤਾਂ ਮਨਜੀਤ ਸਿੰਘ ਜੀ ਕੇ ਵਾਲੇ ਕੇਸ ਵਿੱਚ ਕੋਰਟ ਨੇ ਐਫ ਆਈ ਆਰ ਦੇ ਆਰਡਰ ਕੀਤੇ ਨੇ ਕਿਸੇ ਪੁਲਸ ਨੇ ਨਹੀਂ ਐਫ ਆਈ ਆਰ ਕੀਤੀ ਕਿਸੇ ਵੀ ਮਤਲਬ ਇਨਕੁਆਰੀ ਦੇ ਉਤੇ ਪੁਲਸ ਤੇ ਸ਼ਾਇਦ ਕਈ ਵਾਰੀ ਹੋ ਸਕਦਾ ਪੁਲਸ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਛੁੱਟੀ ਸੱਚੀ ਇਨਕੁਆਰੀ ਹੈ ਤੇ ਕੇਸ ਕਰ ਦਿੰਦੀ ਹੈ ਲੇਕਿਨ ਕੋਰਟ ਸਾਰੇ ਫੈਕਟ ਸੁਣਨ ਤੋਂ ਬਾਅਦ ਹੀ ਐਫ ਆਈ ਆਰ ਦੇ ਆਰਡਰ ਕਰਦੀ ਐ ਤੇ ਕੋਰ ਨੇ ਬੇਸ ਲੈਸ ਨਹੀਂ ਕੀਤਾ ਨਾ ਤੇ ਤੁਹਾਡੇ ਕੋਲ ਕੋਈ ਬੇਸ ਹੈਗਾ ਤੇ ਦਿਓ ਦਿਓ ਕੋਈ ਆਵਾਜਾ ਕਾਗਜ਼ ਦਿਓ ਕੋਈ ਆਵਾਜਾ ਪੇਪਰ ਕਰੋ ਪ੍ਰੂਫ ਕਿ ਸਰਨਾਬ ਸਾਹਿਬ ਨੇ ਇਹ ਗਲਤ ਕੰਮ ਕੀਤਾ ਹਰ ਉਸ ਲੜਾਈ ਨੂੰ ਲੜਨ ਨੂੰ ਤਿਆਰ ਨਾ ਲਿਆਓ ਨਾ ਕਾਗਜ਼ ਕਿਨੇ ਮਨਾ ਕੀਤਾ ਮੈਂ ਕਹਿੰਦਾ ਦਿਓ ਤਾਂ ਸਹੀ ਕਿਸੇ ਸੰਗਤ ਦੇ ਸਾਹਮਣੇ ਜਨਤਾ ਕਰੋ ਜਿੱਤਨਾ ਇੱਕ ਆ ਗਈ ਮੈਨੂੰ ਭੇਜੇ ਸੀ ਜੇ ਲੜਾਈ ਮੈਂ ਲੜੀ ਹੀ ਤੇ ਉਸ ਤਰ੍ਹਾਂ ਉਹ ਵੀ ਕਾ ਗਈ ਮੈਨੂੰ ਭੇਜ ਦਿਓ ਔਰ ਸੰਗਤ ਦੇ ਸਾਹਮਣੇ ਤੁਹਾਡੇ মিডিਆ ਦੇ ਸਾਹਮਣੇ ਰੂਬਰੂ ਹੋ ਕੇ ਕਹਿਣ ਕਿ ਅਸੀਂ ਕਾਗਜ਼ ਗੁਰਮੀਤ ਸਿੰਘ ਸ਼ੰਟੂ ਨੂੰ ਭੇਜ ਰਿਆਂ ਲ ਮੈਂ ਚੈਲੰਜ ਕਰਦਾ ਹਾਂ ਓਪਨ ਚੈਲੰਜ ਕਰਦਾ ਲਿਆਓ ਕਾਗਜ਼ ਕੋ ਦਿਓ ਸਰਨਾ ਸਾਹਮਣੇ ਜਿਹੜੀ ਕੋਈ ਗੜਬੜ ਕੀਤੀ ਹੈ ਦਿਓ ਉਹਨਾਂ ਦੇ ਕਾਗਜ਼ ਠੀਕ ਹੈ ਸਵਾਲ ਅਕਾਲੀ ਦਲ ਨਾਲ ਜੁੜਿਆ ਜਿਸ ਤਰ੍ਹਾਂ ਤੁਸੀਂ ਕਹਰੇ ਕਿ ਚੰਨੂ ਮਾਜਰਾ ਸਾਹਿਬ ਹੁਣ ਸੁਖਵੀਰ ਬਾਦਲ ਹੁਣ ਸਾਰਿਆਂ ਨਾਲ ਤੁਸੀਂ ਗੱਲਬਾਤ ਕੀਤੀ। ਕੀ ਉੱਥੇ ਸੁਣਵਾਈ ਹੁੰਦੀ ਹੈ ਮੈਂਬਰ ਦੀ ਜਿਹੜੇ ਮੈਂਬਰ ਕੋਈ ਬੋਲੇ ਉਸ ਗੱਲ ਦੀ? ਜ਼ੀਰੋ ਬਿਗ ਜ਼ੀਰੋ ਕਿਉਂਕਿ ਜੜੇ ਪਾਰਟੀ ਦੇ ਵੱਡੇ ਲੀਡਰ ਹੋਣ ਉਹ ਪੰਜਾਬ ਦੇ ਵਿੱਚ ਆਪਣੀ ਪੋਲਿਟਿਕਸ ਨੂੰ ਕਰਦੇ ਨੇ ਦਿੱਲੀ ਦੇ ਵਿੱਚ ਉਹ ਟਾਵਾ ਟਾਵਾ ਆ ਕੇ ਆਉਂਦੇ ਨੇ ਔਰ ਹਰ ਮੈਂਬਰ ਦੀ ਇਤਨੀ ਹਿੰਮਤ ਹੀ ਨਹੀਂ ਹੈ ਕਿ ਉਹ ਪਾਰਟੀ ਪ੍ਰਧਾਨ ਤੱਕ ਪਹੁੰਚ ਸਕੇ ਔਰ ਪਾਰਟੀ ਪ੍ਰਧਾਨ ਨੂੰ ਆਪਣੇ ਹੀ ਪ੍ਰਧਾਨ ਦੇ ਖਿਲਾਫ ਗੱਲ ਕਰਾਂ ਦਾ ਦਮ ਰੱਖ ਸਕੇ ਕਿਉਂਕਿ ਉਹਨੂੰ ਪਤਾ ਹੈ ਕਿ ਮੈਨੂੰ ਚੇਅਰਮੈਨ ਹੀ ਐਸੇ ਪ੍ਰਧਾਨ ਨੇ ਦੇਣੀ ਹੈ ਪਾਰਟੀ ਪ੍ਰਧਾਨ ਨਹੀਂ ਦੇਣੀ ਹੈ ਔਰ ਗੁਰਦਾਰਾ ਕਮੇਟੀ ਦੇ ਪ੍ਰਧਾਨ ਨੇ ਦੇਣੀ ਹੈ ਮੇਰਾ ਮੂੰਹ ਵਾਪਸ ਇਹਨਾਂ ਨਾਲ ਹੀ ਲੱਗਣਾ ਉਸ ਦੀ ਹਿੰਮਤ ਨਹੀਂ ਆਪਣੇ ਪਰਸਨਲ ਫਾਇਦਿਆਂ ਨੂੰ ਲੈ ਕੇ ਦੱਸੋ ਕਿਹੜਾ ਮੈਂਬਰ ਦੀ ਹਿੰਮਤ ਹੋਈ ਇਹ ਜਾ ਕੇ ਸੁਖਬੀਰ ਸਿੰਘ ਬਾਦਲ ਨੂੰ ਜਾਂ ਚੰਦੂ ਮਾਜਰਾ ਨੂੰ ਜਾਂ ਕਿਸੇ ਨੂੰ ਜਾ ਕੇ ਇਹਨਾਂ ਦੀ ਸ਼ਿਕਾਇਤ ਲਗਾਣਾ ਇੱਕ ਵੀ ਮੈਂਬਰ ਦੀ ਹਿੰਮਤ ਹੋਈ ਅੱਜ 5 ਮਿੰਟ ਹੋ ਗਏ ਨੇ ਮੈਨੂੰ ਚਿੱਠੀਆਂ ਮੈਨੂੰ ਚਿੱਠੀਆਂ ਮੈਲ ਲਿਖਦਾ ਰਿਹਾ ਇਹਨਾਂ ਨੂੰ ਕਿਸੇ ਮੈਂਬਰ ਨੇ ਅਜੇ ਤੱਕ ਆਵਾਜ਼ ਚੁੱਕੀ ਹੈ ਕਿਸੇ ਮੈਂਬਰ ਇਹਨਾਂ ਕੋਲ ਜਾ ਕੇ ਸਸਤੇ ਵੀ ਖਬਰ ਆ ਰਹੀ ਹੈ ਕਿ ਇਹਨਾਂ ਦੀ ਲੜਾਈ ਹੋਈ ਆ ਆਪਸ ਦੇ ਵਿੱਚ ਕੁਝ ਦੇਖੋ ਮੈਂ ਵੀ ਅਖਬਾਰ ਦੇ ਵਿੱਚ ਨਿਊਜ਼ ਪੜ੍ਹੀ ਸੀਗੀ ਪਰ ਸ਼ਾਇਦ ਕੱਲ ਦੇ ਅਖਬਾਰ ਦੇ ਵਿੱਚ ਹੀ ਸੀ ਉਸ ਦੇ ਵਿੱਚ ਸੋਰਸਿਸ ਹੈ ਦੇਖੋ ਗੱਲ ਤਾਂ ਪਤਾ ਕੀ ਹੈਗੀ ਹੈ ਲੜਾਈ ਇਹਨਾਂ ਦੇ ਵਿੱਚ ਕਿਉਂ ਹੋਈ ਹੈ ਲੜਾਈ ਹੈ ਗੁਰੂ ਦੀ ਗੋਲਕ ਦੀ ਗੋਲਕ ਹੋ ਗਈ ਐਸ ਟਾਈਮ ਖਤਮ ਗੋਲਕ ਲੁੱਟੀ ਗਈ ਹੈ ਕੁਝ ਲੁਟਾ ਦਿੱਤੀ ਗਈ ਹੈ ਉਲਟੇ ਪੁਲਟੇ ਆਪਣੇ ਫੈਸਲਿਆਂ ਦੇ ਨਾਲ ਵੀ ਔਰ ਦੁਰਵਰਤੋਂ ਦੇ ਨਾਲ ਵੀ ਹਰ ਤਰੀਕੇ ਦੇ ਨਾਲ ਹੀ ਕਿਸੇ ਨੂੰ ਅੱਜ ਉਹ ਜੋ ਮਤਲਬ ਕਿਸੇ ਦੀ ਗੁਰਦੁਆਰਾ ਕਮੇਟੀ ਦੇ ਸਕੂਲ ਕਾਲਜ ਕਹ ਲਓ ਉਹ ਆਪਣੀ ਜਗ੍ਹਾ ਅੱਜ ਬੰਦ ਪਏ ਨੇ ਲਾਕਡਾਊਨ ਦੀ وجہ ਨਾਲ ਹਾਲਾਤ ਆਪਣੇ ਆਪਣੀ ਪਾਵਰਸ ਨੂੰ ਲੈ ਕੇ ਲੜਾਈ ਹੋਈ ਹੈ ਕਿਉਂਕਿ ਜਿਹੜੀ ਪਾਵਰ ਹੈ ਉਹ ਦੋ ਬੰਦੇ ਯੂਜ਼ ਕਰ ਰਹੇ ਆ ਬਾਕੀ ਸਾਰੇ ਆਪਣੇ ਆਪਣੇ ਘਰੇ ਬੈਠੇ ਆ ਪ੍ਰਧਾਨ ਔਰ ਜਨਰਲ ਸੈਕਟਰੀ ਪ੍ਰਧਾਨ ਔਰ ਜਨਰਲ ਸੈਕਟਰੀ ਤੀਸਰਾ ਬੰਦਾ ਕਿਹੜਾ ਦੋਨੋਂ ਆਪਣੀ ਪਾਵਰਸ ਨੂੰ ਆਪਣੇ ਆਪਣੇ ਸਾਰੇ ਫਾਇਦੇ ਯੂਜ਼ ਕਰ ਰਹੇ ਨੇ ਆਪਣੇ ਘਰਾਂ ਦੇ ਵਿੱਚ ਮਤਲਬ ਆਪਣੇ ਇਲਾਕਿਆਂ ਦੇ ਵਿੱਚ ਸਾਰੇ ਮਤਲਬ ਹਰ ਤਰ੍ਹਾਂ ਦੇ ਸਹਿਯੋਗ ਵੀ ਦਿੱਤੇ ਜਾ ਰਹੇ ਨੇ ਆਮ ਮੈਂਬਰ ਖਾਲੀ ਬੈਠਾ ਨਾ ਆਪਣੇ ਇਲਾਕੇ ਦੀ ਸੰਗਤ ਦਾ ਸਹਿਯੋਗ ਕਰ ਪਾ ਰਿਹਾ ਨਾ ਉੱਥੇ ਦੇ ਸਕੂਲਾਂ ਕਾਲਜਾਂ ਦੀ ਮਦਦ ਕਰ ਪਾ ਰਿਹਾ ਨਾ ਉੱਥੇ ਦੇ ਗੁਰਦੁਆਰਾ ਸਾਹਿਬ ਨੂੰ ਜਿਹੜਾ ਫੰਡ ਹੈਗਾ ਉਹ ਦਿੱਤਾ ਜਾ ਰਿਹਾ ਨਾ ਜਿਹੜੀ ਉਹ 200 ਰੁਪਏ ਦੀ ਰਾਸ਼ਨ ਦੀ ਪਰਚੀ ਜਿਹੜੀ ਮੈਂ ਕਹਿ ਰਿਹਾ ਟਿਲ ਡੇਟ ਤੱਕ ਅੱਜ ਤੱਕ ਕਦੇ ਨਹੀਂ ਹੋਇਆ ਕਿ 200 ਰੁਪਏ ਦੀ ਰਾਸ਼ਨ ਦੀ ਪਰਚੀ ਬੰਦ ਕੀਤੀ ਹੋਵੇ ਲਾਕਡਾਊਨ ਵਰਗੇ ਟਾਈਮ ਦੇ ਉਤੇ ਜਦੋਂ ਮਹਾਮਾਰੀ ਸੀ ਜਦੋਂ ਜ਼ਰੂਰਤਮੰਦਾਂ ਦੀ ਭੀੜ ਲੱਗੀ ਸੀ ਉਸ ਟਾਈਮ ਉਹ 200 ਰੁਪਏ ਦੀ ਰਾਸ਼ਨ ਦੀ ਪਰਚੀ ਆਪਣੇ ਇਲਾਕੇ ਦੇ ਵਿੱਚ ਨਹੀਂ ਵੰਡ ਪਾਇਆ ਤੇ ਲੜਾਈਆਂ ਨਹੀਂ ਹੋਣਗੀਆਂ ਤਾਂ ਹੋਰ ਕੀ ਹੋਏਗਾ ਹਾਂ ਬਾਕੀ ਇਹ ਗੱਲ ਹੈ ਕਿ ਮੈਂਬਰ ਦੀ ਹਿੰਮਤ ਨਹੀਂ ਹੈ ਗੁਰਗੁਰਾਂ ਸਾਹਿਬ ਦੀ ਬੇਦਵੀ ਹੋਈ ਇੱਕ ਮੈਂਬਰ ਦੀ ਵਾਇਸ ਸੁਣੀ ਤੁਸੀਂ ਉਲਟੀ ਪੁਲਟੀ ਫੋਕੀ ਸ਼ੋਰਤ ਦੇ ਕੰਮਾਂ ਨੂੰ ਸ਼ੇਅਰ ਕਰਨਗੇ ਉਸ ਵੀਡੀਓ ਨੂੰ ਭੇਜਣਗੇ ਇਹਨਾਂ ਦਾ ਜਮੀਰ ਹੀ ਨਹੀਂ ਜਾਗਦਾ ਇੱਕ ਮੈਂਬਰ ਤਾਂ ਨਹੀਂ ਜਾਗਦਾ ਬਾਕੀ ਕੰਮਾਂ ਤੇ ਬੋਲ ਦਿਓ ਕਿਸ ਨੇ ਪੁੱਛਿਆ ਆਪਣੇ ਪ੍ਰਧਾਨ ਨੂੰ ਮਨਜੀਦਰ ਸਿੰਘ ਸਿੱਟਸਾ ਨੂੰ ਕਿਸ ਨੇ ਹਰਮੀਤ ਸਿੰਘ ਕਲਗਾ ਨੂੰ ਪੁੱਛਿਆ ਭਈ ਜਿਹੜੀ ਆਪਣੇ ਗੁਰੂਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਹੈ ਸਾਨੂੰ ਇਹਦੇ ਤੇ ਕੀ ਸਟੈਂਡ ਲੈਣਾ ਚਾਹੀਦਾ ਜਿਹੜੀ ਤਰੀ ਚੱਟੀਆਂ ਲਿਖ ਰਹੇ ਸੀ ਪਿਛਲੇ 5 ਮਹੀਨੇ ਤੋਂ ਹੁਣ ਤੁਸੀਂ ਦੂਜੀ ਪਾਰਟੀ 'ਚ ਆ ਗਿਆ ਤਾਂ ਹੁਣ ਅੱਗੇ ਕੀ ਲੀਗਲੀ ਲੜਿਆ ਜਾਏਗਾ ਜਾਂ ਕੋਈ ਹੋਰ ਤਰੀਕਾ ਬਣਾਇਆ ਦੇਖੋ ਲੀਗਲੀ ਜਿਹੜਾ ਇੱਕ ਕੇਸ ਇਹਨਾਂ ਨੇ ਹੀ ਪਾਇਆ ਹੋਇਆ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਮੈਂਬਰ ਨੇ 13 ਲੱਖ 65 ਹਜ਼ਾਰ ਨੂੰ 50 ਲੱਖ 30 ਲੱਖ ਨੂੰ ਲੈ ਗਿਓ ਆਲਰੇਡੀ ਕੋਰਟ ਦੇ ਵਿੱਚ ਹੈ ਮੈਂ ਹੁਣ ਉਸ ਵਿੱਚ ਕਿਵੇਂ ਪਾਰਟੀ ਬਣਾਣਾ ਵਕੀਲ ਨਾਲ ਸਲਾਹ ਕਰਕੇ ਕਿ ਮੈਨੂੰ ਨਵੇਂ ਸਿਰੇ ਤੋਂ ਉਹਦੀ ਪਟੀਸ਼ਨ ਪਾਣੀ ਪਏਗੀ ਆਪਣੇ ਫੈਕਟਸ ਦੇ ਨਾਲ ਕਿ ਕੁਝ ਨਵੇਂ ਫੈਕਟਸ ਆਏ ਨੇ ਇਦੇ ਨਾਲ ਪਾਣੀ ਪੀਗੀ ਜਾਂ ਉਹਦੇ ਵਿੱਚ ਮਤਲਬ ਇੱਕ ਮਤਲਬ ਉਸੇ ਵਿੱਚ ਮੈਂ ਐਂਟਰ ਕਰ ਸਕਦਾ ਤੇ ਮੈਂ ਜਰੂਰ ਉਸ ਕੇਸ ਨੂੰ ਜਿਹੜੇ ਮੇਰੇ ਕੋਲ ਪ੍ਰੂਫ ਨੇ ਉਹਨਾਂ ਕੇਸਾਂ ਨੂੰ ਤੇ ਮੈਂ ਹੁਣੇ ਪਹਿਲੇ ਕਿਹਾ ਕਿ ਕਾਗਜ਼ ਕੋਈ ਵੀ ਹੋਵੇ ਉਹਦੀ ਦਮ ਹੋਣਾ ਚਾਹੀਦਾ ਮੇਰੇ ਕੋਲ ਜੋ ਕਾਗਜ਼ ਆ ਮੀਟਿੰਗ ਦੇ ਮਿਨਿਟਸ ਨੇ ਉਸ ਮੀਟਿੰਗ ਦੇ ਮਿਨਿਟਸ ਦੇ ਵਿੱਚ ਦੋਨੋਂ ਦੇ ਸਾਈਨ ਨੇ ਪ੍ਰਧਾਨ ਜਨਨ ਸੈਕਟਰੀ ਦੇ ਉਸ ਨੂੰ ਨਕਾਰ ਨਹੀਂ ਸਕਦੇ ਔਰ ਕੋਰਟ ਦੇ ਵਿੱਚ ਕੇਸ ਹੈ ਦੋਨੋਂ ਗੱਲਾਂ ਪੱਕੀਆਂ ਹੋ ਗਈਆਂ 13,65,000 ਰੁਪਏ ਕੋਰਟ ਲੜ ਰਹੇ ਹੋ ਇੱਧਰ ਤੁਸੀਂ ਰਾਈਟ ਆਫ ਕਰਤਾ ਲਕੀਰ ਮਾਰਤੀ ਹੈ ਇਸ ਕਰਕੇ ਮੇਰਾ ਉਹਦੇ ਵਿੱਚ ਪਟੀਸ਼ਨ ਮੇਰੇ ਪੇਪਰਸ ਮਤਲਬ ਜਿਨ੍ਹਾਂ ਇਸ ਮੇਰਾਲ ਗੁਰਨੇ ਸਿੰਘ ਸ਼ੰਤੀ ਜਿਨ੍ਹਾਂ ਨੇ ਸਰਨਾਧਲ ਜੁਆਇਨ ਕੀਤਾ ਉਹਨਾਂ ਕਹਿੰਦੇ ਕਿ ਬਾਦਲ ਬਾਦਲ ਦਲ ਛੱਡ ਕੇ ਆਏ ਨੇ ਉਹਨਾਂ ਦੇ ਖਿਲਾਫ ਜਿਹੜੇ ਸਬੂਤ ਨੇ ਉਹ ਲੈ ਕੇ ਵੀ ਕੋਰਟ ਦੇ ਵਿੱਚ ਜਾਣਗੇ दिल्ली तो कह रहा है लक्ष्मणलाल निति निवान दैनिक स्वर टीवी ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे में समाधान फ्री फ्री फ्री, फ्री मियां रफीक मोहम्मद मोबाइल 8437494647 843749468 علي